ਕੰਮ ਅੱਬਾ ਜੀ ਐਲੇ ਦੇ ਬੱਚੇ ਆ ਇਹ ਕਿਹੜੇ ਨੇ ਇੱਥੇ ਰਹਿੰਦੇ ਨੇ ਪਾਗਲ ਜੇ ਐਸੀ ਬੱਚੇ ਬਾਹਰ ਕੱਢੋ ਉਹਨਾਂ ਨੂੰ ਪਾਗਲਾਂ ਨੂੰ ਹਾਂਜੀ ਹਰ ਟਾਈਮ ਪੂਰੇ ਮੱਲੇ ਨੂੰ ਤੰਗ ਕੀਤਾ ਦੋ ਬੰਦੇ ਇੱਥੇ ਰਹਿੰਦੇ ਨੇ ਹਾਂਜੀ ਉਹਨਾਂ ਨੇ ਪੂਰੇ ਮੱਲੇ ਨੂੰ ਤੰਗ ਕੀਤਾ ਬੜੀਆਂ ਪੈੜੀਆਂ ਹਰਕਤਾਂ ਕਰਦੇ ਨੇ ਮੱਲੇ ਵਾਲਿਆਂ ਦੇ ਨਾਲ ਮੱਲੇ ਨਹੀਂ ਸ਼ਰਾਰਤਾਂ ਕਰਦੇ ਨੇ ਬਿਲਕੁਲ ਮੱਲੇ ਨਹੀਂ ਸਾਡੇ ਘਰ ਨੂੰ ਸਾਡੇ ਘਰ ਨੂੰ ਵੀ ਕਦੀ ਬੁਆ ਖੜਕਾ ਕੇ ਚਲੇ ਜਾਂਦੇ ਨੇ ਕਦੀ ਗੈਸ ਬੰਦ ਕਰ ਜਾਂਦੇ ਨੇ ਹਾਂ ਬਿਲਕੁਲ ਅੱਬਾ ਜੀ ਤੇ ਮੈਂ ਉਹਨਾਂ ਨੂੰ ਨਸੀਹਤ ਯਾਦ ਕਰਾਣੀ ਹੈ ਕਿਹੜੀ ਮੈਂ ਕਹਿੰਦਾ ਲੱਖ ਪੈਂਡਾ ਹੋਵੇ ਦੂਰ ਸਿੱਧੇ ਸਿੱਧੇ ਰਾਹ ਤੂੰ ਜਾਈ ਵਾਹ ਲੱਖ ਪੈਂਡਾ ਹੋਵੇ ਦੂਰ ਸਿੱਧੇ ਸਿੱਧੇ ਰਾਹ ਤੂੰ ਜਾਈ ਦੁਨੀਆ ਤੇ ਲੱਖਾਂ ਕਮਾਣਾ ਕਿਸੇ ਦਾ ਨਾ ਦਿਲ ਦੁਖਾਈ ਵਾਹ ਦੁਨੀਆ ਤੇ ਲੱਖਾਂ ਕਮਾਣਾ ਕਿਸੇ ਦਾ ਨਾ ਦਿਲ ਦੁਖਾਈ ਤੇ ਦੋ ਕੌਮਾਂ ਦਾ ਵਸਾ ਨਾ ਖਾਈ ਕਿਹੜੀ ਕਿਹੜੀ ਅੱਬਾ ਜੀ ਇੱਕ ਸ਼ੇਖ ਤੇ ਦੂਜਾ ਰਾਈ ਸ਼ੇਖਾਂ ਤੋਂ ਯਾਦ ਆਇਆ ਅੱਬਾ ਜੀ ਮੈਂ ਵੀ ਇੱਕ ਸ਼ੇਖ ਸਾਹਿਬ ਨੂੰ ਕਿਹਾ ਮੈਨੂੰ ਅੱਲਾ ਦੇ ਨਾਂ ਦੇ 10 ਰੁਪਏ ਦੇ ਰੱਬ ਤੈਨੂੰ 20 ਦੇਗਾ ਕਹਿੰਦਾ ਤੂੰ ਰੱਬ ਕੋਲੋਂ 20 ਲੈ 10 ਆਪ ਰੱਖ ਲੈ 10 ਰੁਪਏ ਦੇ ਦੇ ਇਹਨਾਂ ਨੂੰ ਅੱਜ ਬੁਲਾ ਕੇ ਨਾ ਉਹਨਾਂ ਨੂੰ ਬੁਲਾ ਕੇ ਨਾ ਓਏ ਇੱਧਰ ਤੇ ਵੇ ਲੱਗਦਾ ਨਹੀਂ ਨਿੰਜਾ ਟਾਈਟਲ ਸਿੱਧਾ ਕਰਾਇਆ ਏ ਅੱਬਾ ਜੀ ਹਾਂ ਇਹ ਮੈਟਰੋ ਦਾ ਪੁਲ ਵੇਖਿਆ ਮੇਰੀ ਗੱਲ ਸੁਣ ਜਿਹੜੇ ਆਣ ਕੇ ਨਾ ਬੰਦੇ ਹਾਂ ਉਹਨਾਂ ਨੂੰ ਅਸੀਂ ਸ਼ਿਕਾਇਤ ਲਾਣੀ ਏ ਠੀਕ ਏ ਤੇ ਉਹਨਾਂ ਦਾ ਕੀ ਨਾਂ ਏ ਦੋ ਪਾਗਲਾਂ ਦਾ ਹਲੋ ਭਾਈ ਕਿਧਰ ਉਹ ਮੇਰਾ ਯਾਰ ਉਹ ਤੇ ਤੇਰੀ ਅੰਮੀ ਵੀ ਕਹਿੰਦੀ ਸੀ ਕਿ ਮੇਰੇ ਬੇਟੇ ਦਾ ਯਾਰ ਗਲਤ ਸਮਝਿਓ ਆਹੋ ਨਹੀਂ ਇਹ ਗੱਲ ਨਹੀਂ ਗੱਲ ਹੋਈ ਸੀ ਯਾਰ ਯਾਰਾਂ ਦੀਆਂ ਬਾਵਾਂ ਹੁੰਦੀਆਂ ਹਾਂ ਚਾਹੀਦੀ ਏ ਕਿਤੇ ਆ ਪਰਾਵਾ ਪਹਿਲੇ ਮੈਂ ਢਿੱਲਾ ਮਿੱਠਾ ਰਹਿਣਾ ਕੰਮ ਨਹੀਂ ਤਾਂ ਹਾਂ ਇਹਦਾ ਕਿੰਨਾ ਦਾ ਇਹ ਸਾਡਾ ਆਪਣੇ ਮੁੰਡਿਆਂ ਨੂੰ ਬਾਸ ਕਰਾਓ ਕੀ ਕਹਿੰਦਾ ਆਪਣੇ ਮੁੰਡਿਆਂ ਨੂੰ ਬਾਸ ਕਰਾਓ ਹੋਇਆ ਕੀ ਮੈਂ ਵਾਟਰ ਪੀ ਰਿਹਾ ਸੀ ਵਿੱਚ ਨੂੰ ਸੁੱਟ ਦਿੱਤਾ ਓਹੋ ਕੀ ਸੁੱਟਣਾ ਸੀ ਤੇਲ ਸੁੱਟਣਾ ਸੀ ਓਏ ਉਹ ਥੋੜੇ ਜਿਹੇ ਹਿੱਲ ਗਏ ਨੇ ਡਾਕਟਰਾਂ ਦਾ ਅਰੇਂਜ ਕੀਤਾ ਦਵਾਈ ਸ਼ਵਾਈ ਖਵਾ ਰਹੇ ਆ ਲਾਮੇ ਤੁਹਾਡੇ ਤੋਂ ਇਲਾਵਾ ਵੀ ਬਹੁਤ ਆਉਂਦੇ ਲੇਕਿਨ ਇਨਸ਼ਾਅੱਲਾ ਐਂਦਾ ਨਹੀਂ ਹੋਏਗਾ ਸਰ ਸੌਰੀ ਮਾਫ ਕਰਨਾ ਕਿਹੜੇ ਪਾਗਲ ਰਹਿੰਦੇ ਨੇ ਇੱਥੇ ਦੋ ਜਣੇ ਉਹ ਸਰ ਸਾਡੇ ਸਾਹਿਬ ਜੀ ਦੇ ਬੇਟੇ ਨੇ ਦੋ ਬਾਹਰ ਕੱਢਣ ਨੂੰ ਮੈਂ ਕੁੱਟਣਾ ਅੱਜ ਥੋੜਾ ਜਿਹਾ ਅਪਸੈਟ ਹੈ ਕੋਈ ਦੇਰ ਤੁਸੀਂ ਇਹਨਾਂ ਨੂੰ ਕੁੱਟ ਲਓ ਭਾਈ ਜੀ ਮੈਂ ਨਹਾ ਰਿਹਾ ਸੀ ਮੇਰੀ ਗੱਲ ਸੁਣ ਅੱਛਾ ਜੀ ਸਾਡੀ ਰੋਜ਼ਾਨਾ ਜਿਹੜੇ ਨੇ ਸ਼ਰਾਰਤ ਕਰਦੇ ਨੇ ਸਾਡੇ ਨਾਲ ਸਾਡੀ ਬੈਲ ਵਜਾ ਕੇ ਦੌੜ ਜਾਂਦੇ ਨੇ ਓ ਤੇ ਬੈਲ ਲਵਾਈ ਤੁਹਾਡੀ ਉਹ ਕਿਸੇ ਨਾ ਕਿਸੇ ਨੇ ਤਾਂ ਵਜਾਉਣੀ ਹੈ ਨਾ ਜੀ ਚਾਚੂ ਇਹ ਕੀ ਹੈ ਐਨਕ ਓ ਨਜ਼ਰ ਦੀ ਤੇ ਉਹਨੂੰ ਕਿਉਂ ਨਹੀਂ ਫੜਾਈ ਇਹ ਨੇੜੇ ਦੀ ਕਿ ਦੂਰ ਦੀ ਇਹ ਦੂਰ ਦੀ ਤੈਨੂੰ ਦੂਰ ਸੁੱਟੋ ਤੇ ਤੁਸੀਂ ਹੋਰ ਸੁਣਾਓ ਇਹ ਨਜ਼ਰ ਨਜ਼ਰ ਤੇਰਾ ਪਿਓ ਲੱਗਦਾ ਓਏ ਜਵਾਬ ਦੇ ਨਹੀਂ ਨਜ਼ਰ ਮਾਮਾ ਲੱਗਦਾ ਐਡਾ ਬੇਫਕੂਫ ਇਨਸਾਨ ਮੈਂ ਜ਼ਿੰਦਗੀ 'ਚ ਕਦੀ ਨਹੀਂ ਕੋਈ ਵੇਖਿਆ ਅੱਛਾ ਜੀ ਇਹਦੇ ਪਿਓ ਨੇ ਮਰਨ ਤੋਂ ਪਹਿਲਾਂ ਨਸੀਹਤ ਕੀਤੀ ਬੇਟਾ ਮਰਨ ਤੋਂ ਬਾਅਦ ਮੇਰੀ ਕੰਡ ਨਾ ਲੱਗੇ ਫੇਰ ਇਹਨੇ ਆਪਣੇ ਪਿਓ ਨੂੰ ਪੁੱਠਾ ਦਫਨਾਤਾ ਕੀ ਬਾਤ ਹੈ ਸਹੀ ਕਹਿ ਰਿਹਾ ਹਾਂਜੀ ਔਰ ਤੁਸੀਂ ਸੁਣਾਓ ਠੀਕ ਹੋ ਪਛਾਣ ਨਹੀਂ ਰਹੇ ਦੇਖੋ ਯਾਰ ਰੋਜ਼ ਮਿਲ ਅੱਲਾ ਦਾ ਬੰਦਾ ਮੈਨੂੰ ਮਿਲੋ ਤੁਸੀਂ ਕੌਣ ਤੇਰੀ ਭੈਣ ਦਾ ਬੰਦਾ ਕਿਸਾ ਪਾਗਲ ਹੀ ਮੈਂ ਕਿਹਾ ਭਾਜੀ ਭਾਜੀ ਢਿੱਲੇ ਮਿੱਠੇ ਰਹੀ ਦਾ ਦੁਆ ਕਰੋ ਸਿਹਤ ਅੱਛੀ ਹੋਵੇ ਤੁਸੀਂ ਮੈਟਰੋ ਦਾ ਪੁਲ ਵੇਖਿਆ ਦੇਖਿਆ ਤੇ ਘਰ ਦੇ ਹਾਲਾਤ ਕਿਉਂ ਨਹੀਂ ਵੇਖਦਾ ਜਿਹੜਾ ਜਿਹੜਾ ਇਹਦੀ ਮਾਂ ਨਾਲ ਪਿਆਰ ਕਰਦਾ ਮਾਰੋ ਤਾੜੀ ਭਾਜੀ ਤੇ ਜਿਹੜਾ ਜਿਹੜਾ ਇਹਦੇ ਘਰ ਜਾ ਕੇ ਹੁਦਾਰ ਕਰਦਾ ਉਹ ਵੀ ਮਾਰੋ ਤਾੜੀ ਮਾਰੋ ਤਾੜੀ ਮੇਰੇ ਮਾਮੂ ਕਹਿ ਰਹੇ ਨੇ ਮਾਰੋ ਤਾੜੀ ਭਾਈ ਮੈਂ ਭਾਵੇਂ ਅੱਖ ਰੱਖੀ ਹੋਵੇ ਤੇ ਮਾਮੂ ਬਣਾਤਾ ਮੈਨੂੰ ਮਾਮੂ ਜੀ ਹੈ ਇਹ ਤਾਂ ਦੀ ਓਏ ਫਸਲੂ ਦੁਆ ਕਰੋ ਯਾਰ ਹਾਲਾਤ ਠੀਕ ਹੋ ਜਾਣ ਕਹਿੰਦੀ ਮਿੰਡੇ ਆਈ ਹੋ ਗਈ ਏ ਆ ਜਿਹੜੀ ਕੁੜੀ ਸੱਤਵੀਂ ਚ ਫੇਲ ਹੁੰਦੀ ਏ ਤੇ ਛੱਡ ਜਾਂਦੇ ਨੇ ਓਏ ਹੈਲੋ ਤਮੀਜ਼ ਨਾਲ ਨਾ ਸਮੇਂ ਬਾਅਦ मंगेतर ਕਿਤੋਂ ਕੁਝ ਖਾਇਆ ਪੀਆ ਕਰੋ ਨਾ ਕਿਉਂ ਕੀ ਅਲਹਮਦੁਲਿਲਾ ਉਹਨਾਂ ਨੇ ਵੀ ਕੋ ਟੀਕਾ ਸ਼ਿਕਾ ਲਾਓ ਤੁਸੀਂ ਮੇਰੀ ਗੱਲ ਸੁਣ ਮੈਂ ਤੁਹਾਡੇ ਦੋਵਾਂ ਮੁੰਡਿਆਂ ਤੋਂ ਬੜੀ ਤੰਗ ਹਾਂ ਉਹਨਾਂ ਨੂੰ ਤੁਸੀਂ ਆਪਣੀ ਨਰਸ ਬਦਲੋ ਉਹ ਸਰ ਤੁਸੀਂ ਉਹਨਾਂ ਨੂੰ ਟੀਕਾ ਲਾਓ 6-6 ਘੰਟੇ ਉੱਠਣ ਨਾਲ ਰੋਜ਼ ਲਾਮੇ ਆਉਂਦੇ ਨੇ ਓਏ ਕਿੰਨੇ ਕੁ ਟੀਕੇ ਲਾ ਲਵਾਂ ਉਹਨਾਂ ਨੂੰ ਮੈਂ ਤਾਂ ਟੀਕਾ ਵੀ ਟਿਕਾ ਕੇ ਲਾਣੀ ਆ ਤੁਸੀਂ ਟੀਕਾ ਰੋਜ਼ 3000 ਦਾ 4000 ਦਾ ਲਾ ਰਹੇ ਐ ਲਾਓ ਐ ਲਾਓ ਐ ਅੱਛਾ ਮੇਰੀ ਗੱਲ ਸੁਣ ਹਾਂਜੀ ਮੁਨਸ਼ੀ ਸਾਹਿਬ ਕਿੱਥੇ ਨੇ ਚਾਚੂ ਆ ਜਾਣਗੇ ਲੇਕਿਨ ਤੁਸੀਂ ਉਹਨਾਂ ਦਾ ਖਿਆਲ ਕਿਉਂ ਨਹੀਂ ਰੱਖਦੇ ਸਾਡਾ ਸਕੂਟਾ ਵੀ ਬਾਹਰ ਗਿਆ ਹੋਇਆ ਉਹਨਾਂ ਨੂੰ ਵੀ ਛੱਡੋ ਲਾਂਬੇ ਸਿਰਵਾ ਨਾ 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 ਇੱਕ ਇੱਕ ਬੰਦਾ ਸਾਥ ਦਿਓ ਚਾਚੂ ਮੁੰਚੀ ਬੜੀ ਕਰਪਸ਼ਨ ਕਰਦੇ ਹੋ ਮੈਂ ਇਸ ਦਾ ਤਾਂ ਮੁੰਚੀ ਜੀ ਇੱਥੇ ਪੈਸੇ ਚੋਰੀ ਹੁੰਦੇ ਨੇ ਪੈਸੇ ਕੱਢਦੇ ਹੋ ਉਹ ਵੇਖ ਇਹਨੇ ਵੀ ਚੋਰੀ ਕੀਤੀ
ਕਿਵੇਂ ਜੀ? ਹਾਂ ਜੀ ਉਹ ਇਹਦੇ ਪੈਸੇ ਚੋਰੀ ਕੀਤੇ ਨੇ। ਓ ਓ ਵੇ ਪੈਸੇ ਚੋਰੀ ਕੀਤੇ? ਨਹੀਂ ਜੇਬਾਂ ਤੇਰੀਆਂ ਦੋਵੇਂ ਖੋਲ ਲੈ। ਆ ਲੈ ਗਏ। ਆ ਜਾ ਇੱਧਰ। 1 ਮਿੰਟ ਕਾ 11 ਡਰਾਮਾ ਸ਼ੁਰੂ ਜੀ ਐਂ ਹੁਣ ਤੇ ਕੁੜੀ ਡਾਂਸ ਕਰਕੇ ਨਿਕਲ ਗਈ ਉਹਦਾ ਆਪਾਂ ਪੈਸੇ ਲੈਣ ਆਇਆ ਭਾਈ ਝੂਠ ਬੋਲਦਾ ਭੈਣ ਗੁੰਗਰਾ ਕਰਦਾ ਨਾ ਉਹ ਡਾਂਸ ਵਾਲੀ ਆਈ ਡਾਂਸ ਵਾਲੀ ਗਈ ਜੇ ਨਾ ਕੰਮ ਵਾਲੀ ਹਰੇ ਨੇ ਘਰੋਂ ਲੈ ਕੇ ਆਉਣੀਆਂ ਨੇ ਆਪਕਾ ਨਾਮ ਜੀ
घर चाहो तुम आपका नाम शर्मीली शर्मीली आपके किसी अबू का नाम हेलो हेलो नुकसान किया एक महीना तेन इतने रखा भी साहब जी के बच्चे दवाई देनी ठीक कर ले मैं तो क्वेश्चन कर रही तेन क्या रोज रखे ने ठीक है पिंड जाना मैंने कोई दवाई दे दे केड़ी दवाई दी बेड़ा ताजे इतने भी सुता तो पिंड भी सुता महीना सुता रहा मुसीबत तो मैं इतने भी इन्हों की गल सुननी उत्थे भी जाके पिंड चाची मतलब तुम्हारी अपनी कोई क्वालिटी नहीं दवाइया तो लगे फिर दवाइया तो नहीं लगे तुम उंज बारे नहीं आँगी बताओ बहुत अच्छी लड़की है अज शजान की बोतल च लून पा के कही है आई उबलती पी बेवकूफी चले लिया कर तेज उड़ती जे बाकी जो भी है साडे साहब हुण दा ख्याल कर किन्ना को ख्याल कर ओ इहनां दा ख्याल कर उहनां दे कल ब्याह करने ने ओ फिर सुता ते मैं की करांगा तुहानूं पता मैनूं उठाणा नहीं आंदा मैं की करांगा ब्याह करांगा तू नौकरी कीती ते इक बंदा सुता ते इत्थे उठाया जांदा दसो साहब जी सुते पए ने उहनां नूं चद्दर परे करके आराम नहीं कीता साहब जी उठो उठो अगर इंज ना उठण ते थल्ले जिहड़े भणेवे उहनां नूं इंज नहीं करी जाणा सोहने कपड़े पाए बस फ्रंट आलिया लाइटा ठीक होने आलिया हो केले आली रेहड़ी तो सारे केले विक जाना बाद चो एडी केली पई हुंदी उते बच गई है एक मिनट की खुल गया सब कुछ नहीं होता खुल जो भी डुब रही है निकी जी नहीं खलोती गेट से बैठी मोटर तेनू की अगले खुल गए हॉस्पिटल पता कर ड्रिप लम्बे पाए की कहते बहुत ही नंगी कट रहे बाथरूम कमोट नहीं लगे बाथरूम च वड़ी है ते कमोट नु वेख के कहंदी आ प्लाजा कौन बना गया है ए तां केडी छोटी कीवे रह गई है इहदे मां प्यो दी सिर्फ मंगनी होई सी तां हो पई
ਗੱਲ ਨਹੀਂ ਤੇਰੇ ਮਾਂ ਪਿਓ ਦੀ ਮੰਗਣੀ ਵੀ ਨਹੀਂ ਸੀ ਹੋਈ ਤੇ ਤੂੰ ਹੋ ਗਿਆ ਸੀ ਉਹ ਫੈਸਲਾ ਸੀ ਉਹਨਾਂ ਦਾ ਹੁਣ ਸੌ ਜਾ ਵਿਆਹ ਹੋਇਆ ਤੁਹਾਨੂੰ ਪਤਾ ਵਿਆਹ ਤੋਂ ਬਾਅਦ 5 ਦਿਨ ਇਸ ਬੰਦੇ ਨੇ ਸੁਹਾਗ ਰਾਤ ਨਹੀਂ ਹੋਣਾ ਕਿਉਂ ਲੱਭੀ ਨਹੀਂ ਉਹਨੂੰ ਮੰਜੀ ਥੱਲੇ ਬੈਠੀ ਸੀ ਵਾਕਈ ਆ ਸਵੇਰੇ ਵੀ ਨਹੀਂ ਲੱਭ ਰਹੀ ਸੀ ਨਹੀਂ ਜੁੱਤੀਆਂ ਵਾਲੇ ਡੱਬੇ ਹੀ ਸੁੱਤੀ ਸੀ ਯਾਰ ਮੈਨੂੰ ਜਗ੍ਹਾ ਨਹੀਂ ਮਿਲੀ ਮੈਂ ਸੌ ਗਈ ਪੈ ਕਿਹੜੀ ਗੱਲ ਹੈ ਸਭ ਤੋਂ ਜ਼ਿਆਦਾ ਤੇਜ਼ ਇਹੋ ਜੀ ਮੱਛੀ ਪੱਥਰ ਚ ਵੱਜ ਕੇ ਕਹਿਣ ਦੀ ਹੁੰਦੀ ਹੈ ਮੇਰਾ ਖਿਆਲ ਹੈ ਉਹਨੂੰ ਮੈਨੂੰ ਲੋਕੇਸ਼ਨ ਗਲਤ ਸੈਂਡ ਕਰ ਦਿੱਤੀ ਓਏ ਵੀ ਕਮਜ਼ੋਰ ਹੈ ਕੇਲਾ ਛਿੱਲ ਕੇ ਬੈਠ ਗਏ ਹੈ ਕੇਲਾ ਛਿੱਲਿਆ ਖਲੀਆਂ ਬਣ ਗਏ ਕੇਲਾ ਛਿੱਲਿਆ ਤੇ ਖਲੀਆਂ ਪੈਂਦੀਆਂ ਹੀ ਆ ਲੱਗਦਾ ਉਹ ਛਿੱਲ ਗਏ ਅੱਛਾ ਯਾਦ ਕਰ ਪਿਛਲੇ ਮਹੀਨੇ ਤੂੰ ਛਿੱਲਿਆ ਸੀ ਤੈਨੂੰ ਨਹੀਂ ਸੀ ਪੈ ਗਈ ਉਹਨੇ ਕਹਿੰਦੇ ਕੇਲੇ ਦੀ ਗੱਲ ਕੀਤੀ ਤੁਸੀਂ ਕੱਚਾ ਸੀ ਇੰਡੀਆ 'ਚ ਇਹੋ ਜਿਹੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਨੇ ਉੱਤੇ ਲਿਖਿਆ ਹੁੰਦਾ ਰਾਮੂ ਕਾਕਾ 1947 ਸਮੇਂ ਪਹਿਲਾਂ ਵਜੇ ਮਾਰੇ ਗਏ ਬਸ ਜਿਹੜੇ ਪਾਸੇ ਬੜਾ ਰਸ਼ ਟੰਡਾ ਫੜ ਕੇ ਹੋ ਗਿਆ ਪਿੱਛੇ ਚਾਚਾ ਖੜੋਤਾ ਉਹਨੂੰ ਕਹਿੰਦਾ ਚਾਚਾ ਜੀ ਕਹਿੰਦਾ ਉਸ ਤੋਂ ਮੈਂ ਜੇਬ 'ਚ ਤਨਖਾਹ ਪਾਈ ਗਈ ਕਹਿੰਦਾ ਚਾਚਾ ਜੀ ਕਹਿੰਦਾ ਜੇਬ 'ਚ ਤਨਖਾਹ ਪਾਈ ਗਈ ਕਹਿੰਦਾ ਚਾਚਾ ਕਿਹੜੇ ਮਹਿਕਮੇ ਲੱਗਾ ਤਨਖਾਹ ਤੇਰੀ ਵੱਧਦੀ ਜਾ ਰਹੀ ਹੈ ਅੱਛਾ ਤੁਸੀਂ ਇਹ ਵੇਖੋ ਡਰੈਸ ਦੇਖੋ ਤੇ ਸੱਚੀ ਮੁੱਚੀ ਦੱਸਣਾ ਸਰਕਸ ਦੇਖਣ ਜਾਓ ਨਾ ਇਹੋ ਜਿਹੀ ਕੁੜੀ ਹਾਥੀ ਦੇ ਸੁੰਡ ਨਾਲ ਲਟਕੀ ਮੈਂ ਤੇ ਮਰੋ ਐਡੀ ਸਿੱਧੀਆਂ ਮੈਨੂੰ ਕੀ ਕਵੇ ਬਹਿ ਜਾ ਮੈਂ ਲੰਮੇ ਪੈ ਜਾਵਾਂਗੀ ਹਾਂ ਵੇਖੇ ਨਾ ਸ਼ਰਾਫਤ ਵੇਖੋਗੇ ਜੇ ਜੁਗਤਕਾਰ ਆਪਣੀਆਂ ਕੁਆਲਟੀਆਂ ਨਾ ਦੱਸ ਉਹਨਾਂ ਨੂੰ ਕੱਲ ਯਤੀਮ ਖਾਨ ਨੇ ਪੀੜੀ ਵੇਖ ਕੇ ਕਹਿੰਦੀ ਆਹ ਬੈੱਡ ਲੈਣਾ ਮੈਂ ਆਪਣੇ ਵਿਆਹ ਤੇ ਓਏ ਵਿਆਹ ਤੋਂ ਯਾਦ ਆਇਆ ਤੁਸੀਂ ਕੌਣ ਹੋ ਜੀ ਮੈਂ ਤੁਹਾਡੇ ਸੇਠ ਦਾ ਦੋਸਤ ਹਾਂ ਉਹ ਕਹਿ ਰਹੇ ਸਰ ਹਾਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਰਿਸ਼ਤੇ ਵੇਖਣੇ ਮੇਰੇ ਬੱਚਿਆਂ ਦੇ ਤੁਸੀਂ ਆਏ ਹੋ ਰਿਸ਼ਤੇ ਮੈਂ ਰਿਸ਼ਤੇ ਦੇਖੇ ਤੇਰੇ ਲਈ ਵੀ ਮੁੰਡਾ ਦੇਖਿਆ ਮੈਂ ਕਹਿੰਦਾ ਰਿਹਾ ਮੇਰਾ ਤਾਂ ਪਹਿਲੇ ਘਰ ਆਓ ਵੀ ਕਿੱਥੇ ਜੀ ਉਹਦਾ ਤੇਰੇ ਲਈ ਇਹਦੇ ਲਈ ਮੁੰਡਾ ਵੇਖਿਆ ਅੱਛਾ ਕੀ ਹੈ ਇੰਨਾ ਕੁ ਹੈਗਾ ਇੰਨਾ ਤੇ ਉਹ ਇਹਨੂੰ ਵੱਡਾ ਨਹੀਂ ਆਨੇ ਨੇ ਉਹੀ ਤੇ ਪੂਰਾ ਹੋਣਾ ਇਹਨੂੰ ਲੋਟੇ ਨਾਲੋਂ ਵੀ ਨੀਵੀਂ ਹੈ ਯਾਰ ਦੱਸੋ ਕੀ ਕਰੀਏ ਔਰ ਵਿਆਹ ਹੁੰਦਾ ਨਹੀਂ ਚਾਹੀਦਾ ਕਿਤੋਂ ਵਿਆਹ ਸ਼ੁਰੂ ਹੁੰਦਾ ਉਹ ਵਿਆਹ ਮੁੱਕ ਜਾਂਦਾ ਉਹ ਹੈਲੋ ਇੱਕ ਮਿੰਟ ਪਾਣੀ ਜਿੰਨੀਆਂ ਖਾਣਾ ਖਰਾਬਾ ਵਕਤ ਪੂਰਾ ਪਾਣੀ ਪੂਰਾ ਬੰਦੀ ਬੰਦੀ ਇਹ ਵੀ ਵੜਦੀ ਆ ਉਂਗਲੀ ਤੇ ਓਏ ਓਏ ਆਪਣੇ 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 ਸਾਹਬ ਨੂੰ ਜਾ ਕੇ ਦੱਸੋ ਮੈਂ ਰਿਸ਼ਤਾ ਲੱਭ ਲਿਆ ਮੈਂ ਆਪਣੇ ਸਾਹਬ ਨੂੰ ਜਾ ਕੇ ਦੱਸੋ ਮੈਂ ਰਿਸ਼ਤਾ ਵੇਖ ਆਇਆ ਅੱਛਾ ਜੀ ਸਾਡੇ ਦਾ ਸਾਹਬੇ ਆਖਿਆ ਕਿ ਸਾਡੇ ਮੁੰਡੇ ਥੋੜੇ ਥੋੜੇ ਹਿੱਲੇ ਨੇ ਪਾਗਲ ਹੈ ਉਹ ਕੋਈ ਐਸੀ ਗੱਲ ਮੈਂ ਉਹਨੂੰ ਕਹਿਤਾ ਕਿ ਮੁੰਡਿਆਂ ਦਾ ਇਲਾਜ ਹੋ ਰਿਹਾ ਮੁੰਡੇ ਠੀਕ ਹੈਗੇ ਉਹ ਵੈਰੀ ਗੁੱਡ ਰਾਜ ਨਹੀਂ ਕੋਈ ਇਸਦਾ ਮਤਲਬ ਹੈ ਰਿਸ਼ਤੇ ਸਾਹਿਬ ਜੀ ਸਾਹਿਬ ਜੀ ਨੂੰ ਬੁਲਾ ਸਾਹਿਬ ਜੀ ਆਜੋ ਬੈ ਜਾ ਸਾਹਿਬ ਜੀ ਰਿਸ਼ਤਾ ਹੋ ਗਿਆ ਇਹ ਬੱਚੇ ਕੋਈ ਇੰਨੇ ਹਿੱਲੇ ਇੰਨੇ ਨਹੀਂ ਨਾ ਹਿੱਲੇ ਹੋਣੇ ਚਾਹੀਦੇ
ਕਿ ਬੱਚੀ ਦੁਲਹਨ ਘਰ ਬੈਠੀ ਹੋਵੇ ਤੇ ਮੁੰਡੇ ਬਾਹਰੋਂ ਲੈ ਆਵੇ। अपने प्यो नु बुला मैं मुबार दे के तुम रिश्ते पक्के हो गए। मैं पापा नु बुलाना पापा 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 तो
इसको क्या कदर है आपकी? बहुत अच्छा है। शुआरमा ला के देता तो चूपन लग गया। कहना छोटा है, मैं नाल तू मेरा लाला। बीवी के जानू आज मैं खुश कर दियो। बार गया चार बंदे लै गया। क्यों भाभी यार इसको निकालो, ये है कौन? गांधी ना सरकार। भाभी ये आपका भी ना? आप क्या करती हैं? चाचू। उत्ते कुत्तियां दी दौड़, मैं तेरा नाल खा के आया।
पैर ठीक नहीं होया चाचा जी? अज रात नू तुसी घर नहीं जाना। क्यों? मैं जाना नाल एक मेरा दोस्त है। अच्छा तुसी जाना? तू अपने घर नहीं जाना? नहीं अनिल दिया बच्चे अपने घर ही जाया कर, अपने घर नहीं जाना, पूरा पिंड जाना तू नहीं जाना। चाचा तू मैं चाचा जी तुसी पैरा पलेना भी आ गया। हां साहब जी ने अपने बच्चे दा करना चाहे गया खाला कमीज चुक नहीं मेरा बंदा ना हले मुंह खोलना मेरे सामने। डॉक्टर माय हार्ट बीट, ओह माय गॉड,
ਉੱਚਾ ਹੈ। ਆ ਡਾਕਟਰ ਨੂੰ ਤੇਰੀ ਬਿਮਾਰੀ ਨਜ਼ਰ ਆ ਰਹੀ ਉੱਤੋਂ ਹੀ। ਤੈਨੂੰ ਵੀ ਆ ਗਈ। ਮੈਂ ਤਾਂ ਤੇ ਚੈੱਕ ਨਹੀਂ। ਚੈੱਕ ਮਾ ਹਾਰਟ ਚੈੱਕ। शर्म नहीं आती तुम लोगों को? मेरा बैग मुझे वापस चाहिए। कोई बैग नहीं साडा। इंजेक्शन लगेगा तुम्हें। डॉक्टर ब्रीफकेस ले आ, तू महीना रहना इथे। इंजेक्शन लगना है। इधर आओ। डॉक्टर जी क्या है? इंजेक्शन लगेगा। इंजेक्शन तो पहले की करोगे? ओ तरीका होता है। ये तो पहले सुराख होगा तो ही ये इंजेक्शन जाएगा। डॉक्टर तू पहले कोशिश कर उसे सुराख के नंग जाए। डॉक्टर कौन है मैं कि तू? डॉक्टर साहब ना 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 ए मेरा भरावा नवा सुराख ना कर पहले ना काम सार ला। तुसी पागल नहीं है क्या? तुसी जाहिल हो। डॉक्टर ये ज्यादती हो जाएगी, ये ज्यादा हो जाएगा। ये आप कह रही हैं तो ठीक है। इतना जी गोला वैसे अच्छा ही था। पता है क्या, एक मरीज मोटा है एक पतला है, ऐसे इलाज हो इनको पहले बराबर करना पड़ेगा। एक जैसा करना थोड़ा पीछे पहले ये उतारने पड़ेंगे। डॉक्टर ऐ साइडा तो ला दे। हां किधर ला इन्हें ना दे। डॉक्टर साहब काट दे काट दे काट दे। ऐ काट दे काट दे और इसको दे। अगर बुरा ना तो एक जुगत कर लूं आपको। एक आदमी तो जायज है।
डॉक्टर क्या नहर तनाओ नहर तनाओ इन्हें नहर तुम्हारी टूटी कहाँ निकला था कि सांप खुला था सांप डॉक्टर ने देखा किंतु उही सांप डॉग आए डॉक्टर दी बिस्ती आई डॉक्टर दी बिस्ती आई आए आए इलाज करने के लिए अबा भी थोड़ा मेरे नाल से अच्छा जी इन्हें भी मारी छाल को निकला है टट्टू इन वे कहते हुए मेरा अबू अच्छा जब पापा दी बिस्ती आई मैं यहाँ इलाज करने आया हूँ डॉक्टर मेरे बच्चों का इलाज करे कितना पैसा कहे कि जितना पैसा पापा बहुत बड़ा डॉक्टर है इधर पहले पिया चनू क्लिनिक सी अच्छा एक मरीज आया डॉक्टर ने वेके कहंदा इनु लाहौर लायो इन्हें नहीं बचना भाई बहुत फिट है मुंह तुम्हारा बात सुने डॉक्टर तड़ा मुंह है जिन्हें पुठा थंदा आप सुबह निहार मुंह उठ के मुंह पर जूते खाया करें ठीक हो जाएगा जी डॉक्टर चमड़े खाने बाबा थोड़ा जा उत्ते सानू पता लग्या के इत्थे दो बच्चे ने पागल ने नहीं पहुंची है तुसी असी तो तेरे घर भी पहुंचे सी उस दिन बच्चे ठीक कर देंगे बाए काम कर उन दे ब्याह भी हो जाएंगे ये साडा काम कर दियो बेफिक्र हो जा ए बाबा जी जिन कर लेंदे हो मैं तेरी भैन भी काट लांगा मैं तो आदा भी सी कीती ते बुला बच्चे नु फतराना दे नहीं बेटे बाबा है इन नुकसाना दे बच्चे ने बच्चे बचे छड़ तू संडे छंडी जा
ਆਲੇ ਬੱਚੇ ਦੇ ਇਹ ਬੱਚਾ ਹਾਂ ਪਾਪਾ ਬਾਬਾ ਜੀ ਆ ਗਏ ਹਾਂ ਜੀ ਬਾਬਾ ਜੀ ਬਾਬੇ ਨੇ ਤੁਹਾਡੇ ਵਿਆਹ ਕਰਾਣੇ ਨੇ ਹਾਂ ਜੀ ਜੀ ਬਾਬਾ ਜੀ ਇਹ ਬੱਚਾ ਹਾਂ ਜੀ ਇਹਦਾ ਬੱਚਾ ਹੁੰਦਾ ਮਾਪੇ ਨੂੰ ਕੌਣ ਲਿਆ ਮੈਂ ਲਿਆ ਤੇਰੀ ਭੈਣ ਓਏ ਕੋਈ ਬਦਤਮੀਜ਼ੀ ਕੀਤੀ ਗਾਲਾਂ ਕੱਢ ਦੇਖਾਂ ਬੱਚਿਓ ਤੁਹਾਡੇ ਬਾਬੇ ਨੇ ਵਿਆਹ ਕਰਾਣੇ ਨੇ ਆਏ ਆਏ ਵਿਆਹ ਤੁਹਾਡੇ ਬਿਨਾਂ ਕਿਉਂ ਨਹੀਂ ਹੋ ਰਿਹਾ ਕਿਉਂ ਬਾਬਾ ਜੀ ਕਿਉਂਕਿ ਤੁਹਾਡਾ ਜਨਮ ਮਿਊਜ਼ਿਕ ਨਾਲ ਲਗਾਓ ਨੇ ਬਾਬਾ ਮਿਊਜ਼ਿਕ ਤੇ ਲਗਾਓ ਲੈ ਬਾਬਾ ਤੁਹਾਨੂੰ ਮਿਊਜ਼ਿਕ ਦੇਗਾ ਦੋਵਾਂ ਨੂੰ ਤੁਹਾਡੇ ਅੰਦਰ ਮਿਊਜ਼ਿਕ ਆਏਗਾ ਅੰਦਰ ਮਿਊਜ਼ਿਕ ਭਰੇਗਾ ਬਾਬਾ ਬਾਬਾ ਮੈਂ ਤੇ ਤੇਰੇ ਮਿਊਜ਼ਿਕ ਚੱਲ ਜਾਵਾਂਗਾ ਭਰਾ ਮੇਰੀ ਤੇ ਮਸੀਕੀ ਪਾੜ ਜਾਣੀ ਏ ਥੋੜਾ ਜਿਹਾ ਥੁੱਕ ਲਓ
तैयार है? एक मिनट बाबे लुटी फड़ लें दे। चल मैं इधर करता तू उधर करता। ਪਸੀਨਾ ਆਉਂਦਾ ਤੇ ਹਲਕਾ ਜਿਹਾ ਵੈਪਰ ਲਵਾ ਲਓ ਟਿਊ ਟਿਊ ਟਿਊ।
ਦਿਵਾਲੀ ਦਾ ਮੈਂ ਨਾ ਵੈਪਰ ਲਵਾਇਆ ਮੈਂ ਭੁੱਲ ਕੇ ਨਾ ਲਵਾ ਲਿਆ ਰਕਸ਼ੇ ਵਾਲਾ ਹਾਂ ਤੂੰ ਫੜ ਕੇ ਹਲਾਣਾ ਹੈ ਨਹੀਂ ਏ ਡਾਕਟਰ ਇਹਨਾਂ ਦੋ ਬੱਚਿਆਂ ਤੋਂ ਪਹਿਲੇ ਕਿਹੜਾ ਠੀਕ ਕਰਵਾਇਆ ਮੈਂ ਮੈਂ ਹੋਰ ਛੋਟਾ ਨਹੀਂ ਮੋਟਾ ਮੈਂ ਮੋਟਾ ਨਹੀਂ ਸਹੀ ਕਰ ਸਕਦੀ ਇਹ ਬਹੁਤ ਖਰਾਬ ਹੈ ਮੈਂ ਇਹ ਛੋਟੇ ਨੂੰ ਚਲੋ ਹਜ਼ਾਰ ਮੁਨਸ਼ੀ ਹਾਂ ਜੀ ਅੱਲਾਹ ਤੇਰੀ ਭੈਣ ਨੂੰ ਪੁੱਤਰ ਦਿੱਤਾ ਹੀ ਰਿਸ਼ਤੇ ਆ ਗਏ ਮੈਂ ਜਿੱਥੇ ਜਾਣਾ ਨਾ ਮੇਰੀ ਔਲਾਦ ਮੈਨੂੰ ਮਿਲ ਜਾਂਦੀ ਹੈ ਯਾਰ ਐਸੇ ਮੋਟੂ ਪਤਲੂ ਦਾ ਕੀ ਕਰਨਾ ਹੈ ਕੀ ਹੋਇਆ ਤੰਗ ਹੀ ਕਰੀ ਜਾਂਦੇ ਨੇ ਚਾਚਾ ਵਿਆਹ ਕਰਾ ਇਹਨਾਂ ਦੇ ਕੋਈ ਗੱਲ ਨਹੀਂ ਬਸ ਕਰਾਉਣ ਆਇਆ ਵਿਆਹ ਹੀ ਕਰਾਉਣ ਆਇਆ ਅੱਛਾ ਜੀ ਕੁੜੀ ਜਾਂਦੀ ਭਾਜੀ ਠਹਿਰ ਦੇ ਤੇਰਾ ਵੀ ਕਰਾ ਦਿੰਦੇ ਆ ਇਹ ਨਹਿਰ ਤੇ ਇੱਕ ਖੁਸਰਾ ਫਿਰਦਾ ਉਹਦੇ ਨਾਲ ਕਰਾਉਂਦੇ ਆ ਤੇਰਾ ਗੱਲ ਸੁਣ ਲਾ ਮੇਰੀ ਮੈਂ ਕੁੜੀਆਂ ਨੂੰ ਲੈ ਆਇਆ ਉਹਨਾਂ ਨੇ ਘਰ ਵੇਖਣਾ ਤੇ ਮੁੰਡਿਆਂ ਨੂੰ ਕਹਿਤਾ ਉਹਨਾਂ ਦੇ ਸਾਹਮਣੇ ਜ਼ਰਾ ਮੰਮੀ ਡੈਡੀ ਮੰਮੀ ਡੈਡੀ ਪੂਰੇ ਪੂਰੇ ਤਿਆਰ ਹੋ ਕੇ ਹਾਂ ਹਾਂ ਟੈਟਮ ਟੈਟ ਹੋ ਕੇ ਹਾਂ ਤੇ ਕੁੜੀਆਂ ਆ ਰਹੀਆਂ ਜੀ ਠਹਿਰ ਜਾ ਚੁੱਪ ਕਰਕੇ ਬਹਿ ਜਾ ਆ ਮੇਰੇ ਘਰ ਤਕਲੀਫ 'ਚ ਇਹ ਕਦੂ ਤੈਨੂੰ ਪਿਛਲੇ ਪਾਸੇ ਸੱਦੂ ਫਿਰ ਤੇਰੇ ਤੇ ਪੰਜ ਪੰਜ ਬੰਦੇ ਛੱਡੂ ਸਬਰ ਨਹੀਂ ਆਉਂਦੇ ਇਹਦਾ ਕਸੂਰ ਕੋਈ ਨਹੀਂ ਇਹ ਸੁੱਤਾ ਪਿਆ ਵੀ ਕਹਿੰਦਾ ਰਹਿੰਦਾ ਕਦੂ ਨਾ ਕਰ ਯਾਰ ਤੈਨੂੰ ਆਵਾ ਦੇਰ ਦੀ ਕੱਦੂ ਦੀ ਡੰਡੀ ਦੀ ਤਲਬ ਹੋਣ ਡਈ ਤੇ ਭਾਜੀ ਉਹ ਕੁੜੀਆਂ ਆ ਰਹੀਆਂ ਕੁੜੀਆਂ ਆ ਰਹੀਆਂ ਨੇ ਅੱਛਾ ਜੀ ਕੁੜੀਓ ਭਾਜੀ ਕਮਾਲ ਕੀਤਾ ਵੀ ਇਤਨੀ ਖੂਬਸੂਰਤ ਲੜਕੀ ਲੈ ਕੇ ਆਏ ਹੈ ਦਿਲ ਤੋਂ ਕਰਤਾ ਹੈ ਕਿ ਆਪਕੀ ਤਾਰੀਫ ਕਰੂੰ ਆਪਕੇ ਯੇ ਜੋ ਬਰਵੱਟੇ ਹੈ ਬੜੇ ਕਮਾਲ ਕੇ ਥੈਂਕ ਯੂ ਔਰ ਆਪਕੇ ਬੂਲ ਬੂਲ ਨਹੀਂ ਹੈ ਯੇ ਲਿਪਸ ਹੈ ਓ ਬੋਈ ਆਪਕੀ ਤਾਂ ਧੌਣ ਵੀ ਚੀਟੀ ਹੈ ਧੌਣ ਕੋ ਛੋੜੇ ਆਪਕੀ ਕਾਂਡ ਆਪਕੀ ਕਾਂਡ ਆਪਕੀ ਰੀੜ ਕੀ ਹੱਡੀ ਕੀ ਅਖੀਰ ਤੁਮੇ ਨਜ਼ਰ ਆ ਰਹੀ ਹੈ ਸਰ ਆਪ ਯੇ ਛੋੜੇ ਆਪ ਯੇ ਦੇਖੇ ਇਹ ਗੱਲ ਸਿਰਫ ਫੀਲ ਕਰਨ ਵਾਲੀ ਹੈ ਹਾਂ ਔਰ ਆਪਕੇ ਪਾਠ ਥੋੜਾ ਜਿਹਾ ਤੇਲ ਲੈ ਲਾ ਤੇਲ ਮੈਮ ਆਪਕੀ ਲਾਤੇ ਚਿੱਟੀ ਹੋ ਗਈ ਮੇਰੀ ਗੱਲ ਸੁਣ ਲੈ ਅਸੀ ਤੇਰੀ ਜੰਨਤ ਹੈ ਅਸਲਾਮੁਅਲੈਕੁਮ ਕੀ ਹਾਲ ਚਾਲ ਹੈ ਸਕੇ ਅੱਗੇ ਤੋਂ ਫਲਕੇ ਉਹਨੇ ਡ੍ਰਿਪ ਲਵਾਈ ਸੀ ਤਾਂ ਤੁਸੀਂ ਆਪ ਸਭ ਨੂੰ ਮੇਰੀ ਤਰਫ ਸੇ ਦੂਸਰੀ ਕੁੜੀ ਕੀ ਕੁਬਾਰ ਹੈ ਕਿਤਾ ਸੋਹਣਾ ਕਿਹਾ ਇਹਨੂੰ ਕਹਿੰਦੇ ਨੇ ਪੜੀਆਂ ਲਿਖੀਆਂ ਕੁੜੀਆਂ ਆਪ ਸਭ ਕੋ ਗੁਜ਼ਰੀ ਹੋਈ ਈਦ ਮੁਬਾਰਕ ਇਹਨਾਂ ਦੀਆਂ ਨੂੰ ਜਦੋਂ ਪੁੱਛੋ ਮਾਸੀ ਕੀ ਆ ਪੁੱਤ ਕੱਲ੍ਹ ਦੀ ਖੁਰਕ ਬਹੁਤ ਪਈ ਹੈ ਵਾਲਿਕ ਮਾਸਾਮ ਹਮ ਗੁੱਡ ਮੈਂ ਉਹ ਯਮਨ ਛੁੱਟੀ ਦਾ ਕਿ ਸਿਲਸਿਲੇ ਮੈਂ ਆਇਆ ਜੀ ਕੀ ਕਹਾ ਆਪਨੇ ਸ਼ਾਦੀ ਕੇ ਸਿਲਸਿਲੇ ਓ ਸ਼ਾਦੀ ਹਾਂ ਔਰ ਤੁਮ ਸੇ ਹਾਂਜੀ ਖੜਾ ਤੁਮ ਸੇ ਹੁਆ ਨਹੀਂ ਜਾ ਰਹਾ ਤੇ ਤੇਰਾ ਕਦਾ ਤਜਰਬਾ ਤੂੰ ਖੜਾ ਕਰ ਲਾ ਐਕਸਕਿਊਜ਼ ਮੀ ਬਿਹੇਵ ਯੋਰਸੈਲਫ ਓਕੇ ਓਕੇ ਸਾਲਿਕ ਵਾਲਿਕੁਮ ਅਸਲਾਮ ਵਹੀ ਕੁਐਸਚਨ ਕਿਆ ਮੂੰਹ ਚੋਂ ਬੋਲਣਾ ਜਬਨ ਕਟੀਟਾ ਕੇ ਸਿਲਸਿਲੇ ਮੇ ਆਇਆ ਚਿੱਟੀ ਤੇਰੀ ਸਿਹਤ ਹੈ ਨਾ ਤੂੰ ਯਪਨ ਕਟੀਟਾ ਕਰ ਹੀ ਨਹੀਂ ਸਕਦਾ ਢਿੱਲਾ ਜਿਹਾ ਨਾ ਹੋਵੇ ਤੇ ਨਹੀਂ ਯਪਨ ਕਟੀਟਾ ਕਰ ਨਹੀਂ ਸਕਦੇ ਉਹ ਬਾਜ ਜਾ ਮੇਰੇ ਕੋਲੋਂ ਤੇਰੇ ਚਿਚੜੇ ਕੰਧਾਂ 'ਚ ਵਜਣੇ ਮੇਰਾ ਨਾਮ ਮਹਨੂਰ ਏ ਮੇਰੇ ਚਿਚੜੇ ਨਹੀਂ ਵਜਣਗੇ ਤੂੰ ਟੈਨਸ਼ਨ ਨਾ ਲੈ ਇਜ਼ੀ ਹੋਈਆ ਔਰ ਸੁਣੀ ਏਡਾ ਨਾ ਇਜ਼ੀ ਹੋ ਤੇਰਾ ਯਪਨ ਛੋਟਾ ਉਹਦਾ ਕਟੀਟਾ ਵੱਡਾ ਹੈ ਓਏ ਮੈਂ ਇੱਕ ਔਰਤ ਦੇ ਚਿਚੜੇ ਕੰਧਾਂ 'ਚ ਮਾਰੇ ਸਨ ਉਹਦੇ 'ਚੋਂ ਇੱਕ ਪੁੱਤਰ ਹੋਇਆ ਉਹ ਕਿੱਥੇ ਉਹ ਸਮਝਦਾ ਭੁੱਲ ਗਿਆ ਉਹਦਾ ਤੋ ਇੱਕ ਕੁਐਸਚਨ ਕਰਨਾ ਥਾ ਜੀ ਬੋਲੋ ਆ ਮੁਸੇ ਸ਼ਾਦੀ ਕਰੇਗੀ ਨਹੀਂ ਮੈਂ ਬਿਲਕੁਲ ਵੀ ਤੇਰੇ ਨਾਲ ਸ਼ਾਦੀ ਨਹੀਂ ਕਰਾਂ
अच्छा हां तू बड़ा ढिल्ला जे है ते फैशन नहीं बदली है आ तैनु तो पता तेरे हाल मैं 6 महीने रहया ਰੱਖ
भाई बच्चे आप भी ठीक हो गए शादियों के काबिल हो गए। डॉक्टर साहब बताए बच्चे प्यारे जेम्स बॉन्ड के बच्चे बच्चे यस ओड़ ओड़ दबंग 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 सलमान खान झुकेगा नहीं साला। हेलो हाय हाउ आर यू या 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 ओके आई एम फाइन अरे यू आर ब्रोकन अरे यू आर न्याज बेग ठोकर नो 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 ओके ओके रिश्ते कराने वाला दैट्स इनक्रेडिबल एक्सक्यूज मी बात सुनिए आप दोनों सगे भाई हैं नो 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 ए मेरी अम्मी का मुंडा तो मैं अब्बे का मुंडा क्या मतलब ट्रांसफर तो दिए ठीक हूं मैं ओके ओके ए ये कौन है जिनसे आपकी शादी होनी है ना अच्छा अच्छा ये दोनों वही बच्चे हैं yes. बच्चे ये तो मुझे खोती के बच्चे लग रहे हैं और आपको क्या चाहिए हेलो खुश नसीब है आप सुहाग रात वाले दिन क्या हुआ 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 तेरे प्यो ने कहा आपका नाम ले लो मेरा नाम दे दे शट अप ओ मेरा छोटा माना गुल्ला माना गुल्ला माना आ आ सुनो अल्लाह ने दिते ना ते जर के खाओ व्हाट इज दिस डॉक्टर हे गुल्ला मैन बाबा प्यार कर रही है वो आपसे ओके मैं क्या जी तड़ी मेरी शादी हो जाएगी कितना मजा आएगा हाय अल्लाह जी जानू जी मेनू आग लगी हुई जी आग बस शादी होन दे देख मैं फायर ब्रिगेड तैयार करता आ तन कभी आग लगी जी नहीं मोहसन भूल गया कुड़ियां देख के बाबा मोहसन हाँ हमारी शादी हो चुकी है ये मेरी बीवी और मोटे की बीवी होने वाली अच्छा होने वाली होने वाली बाबा जी ये सब चिल्ला मैंने किया है हाँ। आपकी मुलाकात ऐसे नहीं हुई हम चिल्ले किए हैं कहाँ तेरी शादी इतना हो रही है बाबा जी आप मेरा प्लीज हाथ देखिए बताए कि मेरी किस्मत में क्या लिखा है तुम्हारी किस्मत बहुत अच्छी है अच्छा हाँ रब ने वेख दिता की तेनों ये कुत्ती टाइप बंदा देखिए बाबा जी को अच्छी अच्छी बातें बताएं हाँ तुम्हारी तेरी शादी इतना हो जाएगी अच्छा सुहाग रात नु तेन सरप्राइज मिलेगा वो क्या बाबा जी ए 15 मिनट बाद फौत हो जाएगा यदि नाड़ ते नाड़ चढ़ जाएगी है बाबा जी कुछ अच्छा बताएं माशाल्लाह नसीब एडे नसीब तेरे अच्छा। पांच बच्चे होंगे पांच बच्चे हाँ एडे एडे क्यों बाबा जी बड़े चाहिए तो फिर बाबे ना करना पड़ेगा सब तो चंगे नसीब तेरे ने थैंक यू अल्लाह ने चाहत फतह ली देता तेनू अस्सलामुअलैकुम और देखो एटमा भी कर लेना माशाल्लाह बाबा जी एक बात करनी थी आप हम दोनों में से सबसे पहले किसकी देखेंगे दोनों की लकीरें सामने बगैरत ना हुए थे इतने चंगे नसीब इतने चंगे नसीब आज तक बाबे ने इन्ने हाथ वेखे ने एक किस्मत की लकीर एडी वड्डी मैं किसी दिन नहीं वेखी एडे नसीब ओए ओए बाबा जी तुसी लकीर वेखी है अच्छा जी हाली ये दी किस्मत नहीं वेखी तुसी हां जी अच्छा जी हां जी मैं कहना के जी अधी किस्मत इधर है ओहो अधी किस्मत इधर है ते विचो डूंगी लकीर जा रही है हां जी ओ लकीर बाबा जी आगे जाके टप्पो ना आहो आगे मेरा मुकद्दर है ओ मैंने दिता है बड़े मुकद्दर हाल है भाई हैं हां जी क्या बात है ਤੁਹਾਡੀ ਦੋਵਾਂ ਦੀ ਜੋੜੀ ਬਹੁਤ ਫਿੱਟ ਹੈਗੀ ਗੁੱਡ ਸਾਰੀ ਜ਼ਿੰਦਗੀ ਐਸ਼ ਕਰੇਗੀ ਇਹ ਬੱਚੀ ਮਾਸ਼ਾਅੱਲਾ ਤੇਰੇ ਕੋਲ ਬਹੁਤ ਪੈਸਾ ਆਣਾ ਹੈ ਬੜੇ ਬੜੇਗਾ ਬਾਬਾ ਹਾਂ ਦੇਖੀ ਤੂੰ ਲੇਕਿਨ ਇੱਕ ਰੁਕਾਵਟ ਹੈ ਕੀ
क्या बाबा जी? तेरी अम्मी वो तो बहुत अच्छी है। निकल मैं गया मेनू आने दिता अंदर। बाबा जी ओ मुफ्ते आनो नहीं बढ़न दें दी। अच्छा अच्छा हो सकता है। बाबा जी आप देखिए हम दोनों की बे बन रही है। माशाल्लाह तोड़ी तो लाम ही बन रही है। बाबा जी डॉक्टर की किस्मत भी देखें। माशाल्लाह 12 तारीख नु तेरी फिल्म लग रही है मई नु। सुपर हिट होनी है सुपर पंजाबी। अच्छा जी बाबे ने कहता ए हो जानी है। कोई गिफ्ट? हां गिफ्ट चाहिए। हां जी हां हां इधर रखो। बाबा जी ओए यार की नसीब लेके आया। अच्छा जी बाकी लकीरां दस रही ने की तू औरतां ले आई जाएगा ले आई।